ਜ਼ਿਲ੍ਹਾ ਪਰਿਸ਼ਦ ਕਰਮਚਾਰੀ ਯੂਨੀਅਨ ਦੇ ਵੱਲੋਂ ਪੰਜਾਬ ਭਰ 'ਚ ਆਪਣੀ ਮੰਗਾਂ ਨੂੰ ਲੈ ਕੇ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੇ ਖਿਲਾਫ 20 ਅਪ੍ਰੈਲ ਨੇ ਮੁੱਖ ਦਫ਼ਤਰਾਂ 'ਚ ਮੋਰਚਾ ਖੋਲ੍ਹ ਧਰਨਾ ਦੇ ਰਹੀ ਹੈ। ਇਸ ਕੜੀ ਦੇ ਤਹਿਤ ਜ਼ਿਲ੍ਹਾ ਕਪੂਰਥਲਾ 'ਚ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਕਰਮਚਾਰੀ ਯੂਨੀਅਨ ਦੇ ਵੱਲੋਂ ਪਿਛਲੇ 27 ਦਿਨਾਂ ਤੋਂ ਕਮਲ ਛੱਡ ਹੜਤਾਲ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਭਵਿੱਖ ਵਿੱਚ ਜਲਦ ਹੀ ਹੋਣ ਜਾਣ ਵਾਲੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੁਣਾਵ ਅਤੇ ਪੰਚਾਇਤੀ ਚੁਣਾਵਾਂ ਦਾ ਵਾਈਕਾਟ ਕਰਨ ਦੇ ਲਈ ਪ੍ਰਦੇਸ਼ ਭਰ 'ਚ ਮੰਤਰੀਆਂ ਦਾ ਘੇਰਾਵ ਕਰ ਸਰਕਾਰ ਦਾ ਵਿਰੋਧ ਕੀਤਾ ਜਾਏਗਾ। ਜਦੋਂ ਕਿ ਸਾਡਾ ਇੱਕ ਸੰਮਤੀ ਕਰਮਚਾਰੀਆਂ ਦਾ ਬਹੁਤ ਵੱਡਾ ਅਦਾਰਾ, ਸਾਨੂੰ ਇਹ ਜਿਹੜੀਆਂ ਮੰਗਾਂ, ਮਤਲਬ ਅਸੀਂ 27 ਤਰੀਕ ਤੋਂ ਲੈ ਕੇ ਹੁਣ ਤੱਕ ਚੱਲ ਰਹੇ ਹਾਂ, ਇਹ ਸਾਡਾ ਰੋਸ ਪ੍ਰਦਰਸ਼ਨ ਰੋਜ਼ ਜਾਰੀ ਹੈ। ਅਸੀਂ ਕਲਬ ਛੋੜ ਹੜਤਾਲ ਕੀਤੀ ਹੋਈ ਹੈ, ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਮਤਲਬ ਆਉਣ ਵਾਲੀਆਂ ਇਲੈਕਸ਼ਨਾਂ ਦਾ ਵੀ ਬਾਈਕਾਟ ਕਰਾਂਗੇ, ਆਉਣ ਵਾਲੀ ਜ਼ਿਮਨੀ ਚੋਣ ਜਿਹੜੀ ਹੈ ਸ਼ਾਹਕੋਟ ਦੀ ਉਹਦਾ ਵੀ ਬਾਈਕਾਟ ਕਰਾਂਗੇ, ਜਿੰਨਾ ਚਿਰ ਸਾਡੀਆਂ ਮੰਗਾਂ ਬਣੀਆਂ ਨਹੀਂ ਜਾਂਦਾ। ਰੋਸ ਧਰਨਾ ਇਹ ਪਿਛਲੇ ਮਹੀਨੇ ਦੀ 27 ਤਰੀਕ ਤੋਂ ਚੱਲ ਰਿਹਾ। ਕਪੂਰਥਲਾ ਤੋਂ ਸਾਜਨ ਖੋਸਲਾ ਦੇ ਨਾਲ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।